ਅੱਜ ਅੰਮ੍ਰਿਤਸਰ ਵਿੱਚ ਪੰਜਾਬ ਸਰਕਾਰ ਨੇ ਵਿਸ਼ੇਸ਼ ਰਾਜ ਪੱਧਰੀ ਸਾਲਾਨਾ ਸਮਾਗਮ ਵਿੱਚ 133 ਜੋੜਿਆਂ ਦੇ ਸਮੂਹਿਕ ਵਿਆਹ ਕੀਤਾ। ਇਹ ਸਮੂਹਿਕ ਵਿਆਹ ਦੇ ਜੋੜੇ ਅਨੁਸੂਚਿਤ ਜਾਤੀਆਂ ਦੇ ਪਰਿਵਾਰਾਂ ਨਾਲ ਸੰਬੰਧਿਤ ਹਨ ਜੋ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਸਨ। ਇਸ ਬਾਰੇ ਜਾਣਕਾਰੀ ਦਿੰਦਿਆਂ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਭਲਾਈ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੋਸ਼ਲ ਵੂਮਨ ਵੈਲਫੇਅਰ ਸੁਸਾਇਟੀ ਅਤੇ ਇੰਡੀਅਨ ਐਜੂਕੇਸ਼ਨ ਸੁਸਾਇਟੀ ਵੱਲੋਂ ਸਮੂਹਿਕ ਵਿਆਹ ਲਈ ਇਹ ਰਾਜ ਪੱਧਰੀ ਸਮਾਗਮ ਦਾ ਆਯੋਜਨ ਕਰਵਾਇਆ ਗਿਆ ਸੀ। ਇਸ ਦਾ ਮੁੱਖ ਉਦੇਸ਼ ਆਰਥਿਕ ਪੱਖੋਂ ਲੋੜਵੰਦ ਪਰਿਵਾਰਾਂ ਦੇ ਵਿਆਹ ਤੇ ਹੋਣ ਵਾਲੇ ਵੱਡੇ ਖਰਚੇ ਨੂੰ ਖਤਮ ਕਰਨਾ ਹੈ ਅਤੇ ਇਨ੍ਹਾਂ ਪਰਿਵਾਰਾਂ ਨੂੰ ਆਰਥਿਕ ਪੱਖੋਂ ਮਜ਼ਬੂਤੀ ਪ੍ਰਦਾਨ ਕਰਨਾ ਹੈ। ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਆਰਥਿਕ ਪੱਖੋਂ ਲੋੜਵੰਦ ਪਰਿਵਾਰਾਂ ਨੂੰ ਆਪਣੀਆਂ ਲੜਕੀਆਂ ਦੇ ਵਿਆਹ ਵਿੱਚ ਕਈ ਕਿਸਮ ਦੀਆਂ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹਰ ਮਾਂ ਬਾਪ ਦੀ ਇੱਛਾ ਹੁੰਦੀ ਹੈ ਕਿ ਉਹਨਾਂ ਦੇ ਬੱਚਿਆਂ ਦੇ ਵਿਆਹ ਵੀ ਚੰਗੇ ਤਰੀਕੇ ਨਾਲ ਹੋਣ। ਇਸ ਇੱਛਾ ਦੀ ਪੂਰਤੀ ਲਈ ਹੀ ਪੰਜਾਬ ਸਰਕਾਰ ਨੇ ਇਸ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਹੈ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ, ਜਗਸੇਵਕ ਵੈਬ ਟੀਵੀ। ਤਕਰੀਬਨ 133 ਪਰਿਵਾਰ ਜਿਹੜੇ ਨੇ ਉਹਨਾਂ ਦੇ ਦੋਨੋਂ ਇਕੱਠੇ ਹੋਣ ਜਾ ਰਹੇ, ਦੋਨੋਂ ਪਰਿਵਾਰ ਲੜਕੀ ਲੜਕੇ ਵਾਲੇ। ਮੈਂ ਸਾਰਿਆਂ ਨੂੰ ਵਧਾਈ ਦਿੰਦਾ, ਆਪਣੇ ਵੱਲੋਂ, ਇਲਾਕੇ ਵੱਲੋਂ, ਸ਼੍ਰੋਮਣੀ ਅਕਾਲੀ ਦਲ ਵੱਲੋਂ, ਪੰਜਾਬ ਸਰਕਾਰ ਵੱਲੋਂ, ਅਤੇ ਧੰਨਵਾਦ ਕਰਦਾ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ, ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜਿਹੜੇ ਡਿਪਟੀ CM ਸਾਹਿਬ ਨੇ, ਜਿਹੜੇ ਪੰਜਾਬ ਸਰਕਾਰ ਦਾ, ਕਿ ਇਹਨਾਂ ਪਰਿਵਾਰਾਂ ਦੇ ਜਿਹੜੇ ਗਰੀਬ ਬੁਸ਼ੀ ਲੋਕ ਜਿਹੜੇ ਵਿਚਾਰੇ ਇੰਨੇ ਚਾਵਾਂ ਦੇ ਨਾਲ ਜਿਹੜਾ ਵਿਆਹ ਕਰਨ ਲੱਗਿਆ, ਉਹ ਵੀ ਰਾਂ ਸੋਚਦੇ ਸੀ ਬੜਾ ਲੰਮਾ ਸਮਾਂ ਤੇ ਮਤਾਂ ਵਾਸਤੇ ਜਾਂਦੇ, ਕਦੀ ਕਿਸੇ ਕੋ ਕਦੀ ਕਿਸੇ ਕੋ, ਵੀ ਸਾਡੀ ਬੱਚੀ ਦਾ ਵਿਆਹ ਕੋਈ ਸਾਡੀ ਮਦਦ ਕਰੋ। ਮੈਂ ਸਮਝਦਾ ਜਿਹੜਾ ਸਰਕਾਰ ਨੇ NGO ਵਿੱਚ ਲਾ ਕੇ ਉਪਰਾਲਾ ਕੀਤਾ, ਸ਼ਲਾਘਾ ਯੋਗ ਹੈ, ਇਹਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਜਿਹੀ। ਅੱਜ 133 ਪਰਿਵਾਰ ਨੇ, ਕਈ ਪਰਿਵਾਰ ਇਹਨਾਂ ਦੇ ਨਾਲ ਹੋਰ ਜੁੜੇ ਨੇ, ਉਹਨਾਂ ਦੀਆਂ ਸ਼ੀਸ਼ਾਂ ਜਿਹੜੀਆਂ ਸਰਕਾਰ ਨੂੰ ਸਮੁੱਚੀ ਨੂੰ ਜਾਣਗੀਆਂ, ਅਤੇ ਇਸ ਲਈ ਮੈਂ ਜਿੱਥੇ ਪਰਿਵਾਰਾਂ ਨੂੰ ਵਧਾਈ ਦਿੰਦਾ ਅਤੇ ਅਰਦਾਸ ਕਰਦਾ ਗੁਰੂ ਦੇ ਚਰਨਾਂ 'ਚ ਕਿ 133 ਪਰਿਵਾਰ ਦੇ ਲਗਭਗ ਜਿਹੜੇ ਜੁੜ ਰਹੇ ਨੇ, ਇਹ ਜੁੜ ਕੇ ਸਮਾਜ ਦੀ ਸੇਵਾ, ਪਰਿਵਾਰ ਦੀ ਸੇਵਾ, ਮਨੁੱਖਤਾ ਦੀ ਸੇਵਾ, ਇਨਸਾਨੀਅਤ ਦੀ ਸੇਵਾ ਦੇ ਵਿੱਚ ਲੱਗਣਗੇ ਅਤੇ ਮਾਣ ਮਹਿਸੂਸ ਕਰ ਸਕਣਗੇ ਕਿ ਜਿਹੜੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਮਾਣਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਸਾਡੇ ਬਣੀ ਹੈ, ਅਤੇ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਜਿਹੜਾ ਇਹ ਕਰਾ ਕੇ, ਅਤੇ ਗਰੀਬਾਂ ਦੀਆਂ ਜਿੱਥੇ ਮੈਂ ਸਮਝਦਾ ਦੂਜੀਆਂ ਸਕੀਮਾਂ ਜਿਹੜੀਆਂ ਅਸੀਂ ਚਲਾਈਆਂ ਜਾਂ ਚਲਾਈਆਂ ਨੇ, ਚਲਾਉਣ ਜਾ ਰਹੇ ਜਾਂ ਹੋਰ ਅਜੇ ਬਣੀਆਂ, ਉਹਦੇ ਵਿੱਚ ਸਭ ਤੋਂ ਵੱਡਾ ਉਪਰਾਲਾ ਜਿਹੜਾ ਵਿਆਹਾਂ ਦਾ, ਜਿਹੜੀ ਬੱਚੀ ਬੜੇ ਸਤਿਕਾਰ ਅਤੇ ਪਿਆਰ ਦੇ ਨਾਲ ਗਰੀਬ ਦੀ ਘਰੋਂ ਦੂਜੇ ਪਰਿਵਾਰਾਂ 'ਚ ਜਾਣੀ ਹੈ, ਤਾਂ ਉਹ ਮਾਣ ਮਹਿਸੂਸ ਕਰਨਗੇ ਸਰਕਾਰ 'ਤੇ ਵੀ ਮਾਣ। ਅੱਜ ਇਹ ਸਮਾਗਮ ਜਿਹੜਾ ਹੋ ਰਿਹਾ, ਇਸਦੇ ਵਿੱਚ 133 ਵਿਆਹ ਅਸੀਂ ਲੜਕੀਆਂ ਦੇ ਕਰ ਰਹੇ ਹਾਂ, ਔਰ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਉਪਰਾਲਾ। ਇਸ ਉਪਰਾਲੇ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਦੂਸਰੀ ਵਾਰ ਕੀਤਾ ਜਾ ਰਿਹਾ, ਔਰ ਸਰਦਾਰ ਗੁਲਜ਼ਾਰ ਸਿੰਘ ਰਣੀਕੇ ਜੋ ਜਿਨ੍ਹਾਂ ਦੀ ਰਹਿਨੁਮਾਈ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਹੋਇਆ, ਔਰ ਅਸੀਂ ਉਹਨਾਂ ਦੇ ਵਿਸ਼ੇਸ਼ ਰੂਪ ਦੇ ਵਿੱਚ ਧੰਨਵਾਦ ਦੇ ਕਿ ਉਹਨਾਂ ਨੇ ਐਡਾ ਵੱਡਾ ਪ੍ਰੋਗਰਾਮ ਆਪਣੇ ਇਸ ਇਲਾਕੇ ਦੇ ਵਿੱਚ। ਜਿਹੜੇ ਜ਼ਰੂਰਤਮੰਦ ਜੋੜੇ ਨੇ ਉਹਨਾਂ ਨੂੰ ਅਸੀਂ ਤਕਰੀਬਨ 40 ਚੀਜ਼ਾਂ ਸਮਾਨ ਦੀਆਂ ਦਿੰਦੇ ਹਾਂ, ਜਿਹਦੇ ਵਿੱਚ ਬੈੱਡ, ਪੇਟੀ, ਕੋਕਾ, ਝਾਂਜਰਾਂ, ਵਾਲੀਆਂ, ਬਿਸਤਰੇ, ਮੰਜੇ, ਭਾਂਡੇ, ਔਰ ਤਕਰੀਬਨ 40 ਚੀਜ਼ਾਂ ਨੇ, ਇੰਡਕਸ਼ਨ ਕੁੱਕਰ, ਪ੍ਰੈਸ਼ਰ ਕੁੱਕਰ, ਕੁਰਸੀਆਂ, ਮੇਜ਼, ਇਹ ਸਾਰਾ ਸਮਾਨ ਉਹਨਾਂ ਨੂੰ ਦਿੱਤਾ ਜਾਂਦਾ।